ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋੜ ਕੇ ਤਬਲਾ ਮੇਕਰ ਨਿਊ ਦਿੱਲੀ ਤੋਂ ਆਪ ਸਭ ਜਾਣਕਾਰ ਹੋ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਵਰਲਡ ਵਾਈਡ ਮੈਨੂੰ ਗੁਰੂ ਘਰ ਦੇ ਕੀਰਤਨੀ ਆਰਟਿਸਟ ਤਬਲਾ ਲਵਰਸ ਮੈਨੂੰ ਸਪੋਰਟ ਕਰ ਰਹੇ ਨੇ ਤੇ ਮੈਨੂੰ ਸੇਵਾ ਦਾ ਮੌਕਾ ਦੇ ਰਹੇ ਨੇ ਤੇ ਮੇਰਾ ਹੁਣ ਹੋਰ ਹੀ ਦਿਲ ਵੱਧਦਾ ਜਾ ਰਿਹਾ ਕਿ ਮੈਂ ਇਸੇ ਤਰ੍ਹਾਂ ਹੋਰ ਆਪ ਜੀ ਦੀ ਸੇਵਾ ਕਰਾਂ ਤੇ ਅੱਛੇ ਤੋਂ ਅੱਛੇ ਤਬਲੇ ਬਣਾਵਾਂ। ਬਨਾਰਸ ਸਟਾਈਲ, ਕਲਕੱਤਾ ਸਟਾਈਲ, ਬੰਬੇ ਸਟਾਈਲ, ਪੁਣੇ ਸਟਾਈਲ। ਤੇ ਮੈਂ ਲਾਸਟ ਵੀਡੀਓ ਲਾਈਵ ਕੀਤਾ ਸੀ ਫੇਸਬੁੱਕ ਤੇ ਤੇ ਸਾਰੇ ਮੇਰੇ ਗੁਣੀ ਜਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ, ਪਿਆਰ ਕੀਤਾ ਕਿ ਭਾਜੀ ਤੁਸੀਂ ਕੰਮ ਕਰ ਰਹੇ ਹੋ ਤੇ ਕੁਛ ਹੋਰ ਕਿਵੇਂ ਕਰਦੇ ਹੋ ਤੁਸੀਂ ਤੇ ਇਹ ਤਬਲਾ ਕਿਵੇਂ ਬਣਦਾ, ਕਿੱਥੋਂ ਇੰਪਰੂਵਮੈਂਟ ਹੈ। ਲਾਸਟ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਕੈਲਕਟਾ ਸਟਾਈਲ ਗਜਰਾ ਬਣਾਉਣਾ, ਕੱਲ੍ਹ ਆਪ ਜੀ ਨੇ ਦੇਖਿਆ ਸੀ ਤੇ ਹੁਣ ਉਹ ਗਜਰੇ ਸੁੱਕ ਚੁੱਕੇ ਹੈ ਤੇ ਅੱਜ ਮੈਂ ਦੂਸਰੇ ਪਾਰਟ ਵਿੱਚ ਆਪ ਜੀ ਦੇ ਸਨਮੁੱਖ ਰੱਖਾਂਗਾ ਕਿ ਉਹਦੇ ਵਿੱਚ ਡਿਜ਼ਾਈਨ ਕਿਵੇਂ ਪੈਂਦਾ, ਜਿਹਨੂੰ ਆਪਾਂ ਚਟਾਈ ਬੋਲਦੇ ਹਾਂ ਜਾਂ ਡਬਲ ਗਜਰਾ ਬੋਲਦੇ ਹਾਂ। ਆਪ ਜੀ ਨੂੰ ਇਹ ਡੱਗਾ ਵੇਖ ਕੇ ਯਾਦ ਆ ਗਿਆ ਹੋਏਗਾ ਕਿ ਹਾਂਜੀ ਇਹ ਉਹ ਡੱਗਾ ਜਿਹੜਾ ਲਾਸਟ ਵੀਡੀਓ ਦੇ ਵਿੱਚ ਮੈਂ ਲਾਈਵ ਗੁਥਾਈ ਕੀਤਾ ਸੀ ਤੇ ਅੱਜ ਇਹਦੇ ਵਿੱਚ ਆਪਾਂ ਡਿਜ਼ਾਈਨ ਪਾਵਾਂਗੇ ਜਿਹਨੂੰ ਆਪਾਂ ਕਹਿੰਦੇ ਹਾਂ ਚਟਾਈ। ਇਹ ਬਿਲਕੁਲ ਹੈ ਪਿਓਰ ਕੋਲਕਾਤਾ ਸਟਾਈਲ ਹੋ ਜਾਏਗਾ, ਬਲੈਕ ਐਂਡ ਵਾਈਟ, ਤੇ ਉਸ ਪਾਰਟਸ ਦੇ ਆਪ ਦੇ ਸਨਮੁੱਖ ਰੱਖਾਂਗਾ ਕਿ ਉਹ ਪਾਰਟਸ ਹੁੰਦਾ ਕੀ ਜਿਹੜਾ ਇਹਦੇ ਵਿੱਚ ਪੈਂਦਾ ਹੈ। ਲਾਈਕ ਦਿਸ, ਇਹ ਸਾਡੀ ਜਿਹੜੀ ਬਚੀ ਹੋਈ ਸਕਿਨ ਹੁੰਦੀ ਹੈ, ਐਕਸਟਰਾ ਸਕਿਨ, ਜਦੋਂ ਆਪਾਂ ਉਹਦੇ ਪਾਰਟਸ ਬੱਜਣ ਵਾਲਾ ਜਿਹੜਾ ਉੱਪਰ ਦਾ ਕਟੋਰਾ ਹੁੰਦਾ ਕੱਟਣ ਤੋਂ ਬਾਅਦ ਜਿਹੜੇ ਬਚਦੇ ਆ ਉਹਦੇ ਵਿੱਚੋਂ ਇਹ ਸਾਡਾ, ਇਹਨੂੰ ਕਹਿੰਦੇ ਆ ਚਟਾਈ। ਐਵੇਂ ਇਹਨੂੰ ਆਪਾਂ ਡਿਜ਼ਾਈਨ ਕਟਿੰਗ ਕਰਕੇ ਰੱਖਦੇ ਹਾਂ ਤੇ ਫਿਰ ਇਹ ਡਿਜ਼ਾਈਨ ਬਣ ਜਾਂਦਾ ਹੈ। ਇਹ ਆਪ ਜੀ ਦੇ ਸਾਹਮਣੇ ਨੂੰ ਰੱਖਦਾ ਮੈਂ ਤੇ ਕਿਵੇਂ ਇਹ ਕਟਿੰਗ ਹੁੰਦੀ ਹੈ। ਇਹ ਹੋ ਗਿਆ ਤੇ ਫਿਰ ਇਹਦੇ ਆਪਾਂ ਨੋਕੀਲੇ ਇਹਦੀ ਨੋਕ ਬਣਾਉਂਦੇ ਹਾਂ। ਲੈ ਇਹਦੀ ਨੋਕ ਬਣ ਗਈ ਹੈ, ਠੀਕ ਹੈ। ਤੇ ਹੁਣ ਇਹਦੀ ਨੋਕ ਬਣ ਚੁੱਕੀ ਹੈ ਤੇ ਆਪਾਂ ਇਹਦਾ ਹੁਣ ਗਜ਼ਰਾ ਪਾਵਾਂਗੇ ਤੇ ਨਾਲ ਹੀ ਅੱਜ ਮੈਂ ਆਪ ਜੀ ਨੂੰ ਸਨਮੁੱਖ ਕਰਾਂਗਾ ਕਿ ਜਿਹੜੀ ਮੇਰੀ ਪੂਰੀ ਟੀਮ ਦੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ, ਕੁਛ ਲੋਕਾਂ ਦਾ ਜਿਹੜੇ ਮੇਰੇ ਨਾਲ ਕਰਦੇ ਨੇ ਮੇਰੇ ਛੋਟੇ ਭਰਾ ਨੇ ਤੇ ਆਪ ਜੀ ਦੀ ਸੇਵਾ ਦੇ ਵਿੱਚ ਅੱਗੇ ਜਾ ਕੇ ਵੀਡੀਓਜ਼ ਦੇ ਵਿੱਚ ਵੀ ਹਰ ਜਗ੍ਹਾ ਆਪ ਜੀ ਨੂੰ ਨਜ਼ਰ ਆਉਣਗੇ ਤੇ ਆਪ ਜੀ ਨੂੰ ਸਾਰੇ ਉਹਨਾਂ ਨੂੰ ਆਪ ਜੀ ਸਾਰੇ ਉਹਨਾਂ ਨੂੰ ਅਸੀਸ ਬਖਸ਼ੋ ਤੇ ਆਪ ਜੀ ਉਹਨਾਂ ਨੂੰ ਵੀ ਬਲੈਸਿੰਗ ਦਿਓ। ਤੇ ਇਹ ਮੇਰਾ ਛੋਟਾ ਭਾ ਬਲਵਿੰਦਰ ਸਿੰਘ, ਛੋਟਾ ਨਾਂ ਦਾ ਫੌਜੀ ਜੋ ਮੇਰੇ ਨਾਲ ਕੰਮ ਕਰਦਾ ਹੈ, ਸਾਰਾ ਗੁਥਾਈ ਚਟਾਈ ਕਰਦਾ। ਮੈਂ ਕਾਫੀ ਟਾਈਮ ਤੋਂ ਮੈਂ ਲੋਕਾਂ ਦੇ ਸਾਹਮਣੇ ਨਹੀਂ ਲਿਆਇਆ ਜਾਂ ਮੇਰੇ ਗੁਣੀਜਨਾਂ ਦੇ ਸਾਹਮਣੇ ਨਹੀਂ ਲਿਆਇਆ ਤੇ ਅੱਜ ਮੈਂ ਆਪਣੇ ਭਰਾ ਨੂੰ ਆਪ ਜੀ ਦੇ ਸਨਮੁੱਖ ਰੱਖਾਂ, ਇਹਨੂੰ ਵੀ ਅਸੀਸ ਦਿਓ ਤੇ ਨਾਲ ਮੇਰਾ ਛੋਟਾ ਭਰਾ ਹੋਰ ਵਿੱਕੀ ਸਿੰਘ, ਜਦੋਂ ਦਾ ਮੈਂ ਕੰਮ ਸਿੱਖਿਆ ਤੇ ਮੇਰੇ ਨਾਲ ਹੈ ਤੇ ਮੇਰਾ ਸਾਥ ਵੀ ਦਿੰਦਾ ਤੇ ਸਾਰਾ ਕੰਮ ਸੰਭਾਲਦਾ ਤੇ ਨਾਲ ਮੇਰਾ ਭਰਾ ਲਾਸਟ ਵੀਡੀਓ ਤੁਸੀਂ ਦੇਖਿਆ ਸੀ ਪਰਮਜੀਤ ਸਿੰਘ ਪਾਰਸ ਨਾਂ ਇਹਦਾ, ਚਟਾਈ ਪਾਉਂਦਾ ਤੇ ਹੁਣ ਆਪ ਜੀ ਨੂੰ ਦੱਸਣਗੇ ਚਟਾਈ ਕਿਵੇਂ ਪੈਂਦੀ ਹੈ ਤੇ ਪਹਿਲੇ ਮੈਂ ਆਪ ਜੀ ਨੂੰ ਪਾ ਕੇ ਦਿਖਾਉਣਾ ਵਾ। ਇਹ ਦੇਖੋ ਇਹ ਘਾੜ ਹੈ, ਇੱਥੋਂ ਦੀ ਇਹ ਚਟਾਈ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਤੇ ਇਹ ਚਟਾਈ ਦੇਖ ਲਓ ਆਪ ਜੀ, ਮੇਰਾ ਛੋਟਾ ਬ੍ਰਦਰ ਵੀ ਪਾ ਰਿਹਾ ਤੇ ਇਹ ਚਟਾਈ ਦਾ ਪਾਰਟਸ ਇਹ ਐਵੇਂ ਸਟਾਰਟ ਹੋ ਗਈ, ਐਵੇਂ ਹਲਕੇ ਹਲਕੇ ਆਪਾਂ ਇਹਦੇ ਵਿੱਚ ਡਿਜ਼ਾਈਨ ਕਰਦੇ ਹਾਂ। ਇਹ ਮੇਰਾ ਵੀਰ ਪਾ ਰਿਹਾ, ਦੱਸੋ ਭਾਜੀ ਕਿਵੇਂ ਪਾ ਰਹੇ ਹੋ। ਅੱਗੇ ਜਾ ਕੇ ਮੈਂ ਆਪ ਜੀ ਦੇ ਸਨਮੁੱਖ ਰੱਖਾਂਗਾ ਕਿ ਬੱਦੀ ਕਿਵੇਂ ਪੈਂਦੀ ਹੈ। ਇਹ ਮੈਨੂੰ ਬੜਾ ਹੀ ਚਾਅ ਆ ਰਿਹਾ, ਮੇਰੇ ਭਰਾ ਮੈਨੂੰ ਦੇਸਾਂ ਪ੍ਰਦੇਸਾਂ ਤੋਂ ਸਪੋਰਟ ਕਰ ਰਹੇ ਨੇ, ਗੁਰੂ ਘਰ ਦੀ ਕੀਰਤਨੀ ਕਰ ਰਹੇ ਨੇ ਤੇ ਮੇਰੇ ਕੋਈ ਵੀ ਸ਼ਬਦ ਨਹੀਂ ਇਹ ਬਿਆਨ ਕਰ ਸਕਦਾ ਕਿ ਮੈਂ ਕਿਸ ਤਰੀਕੇ ਉਹਨਾਂ ਦਾ ਥੈਂਕਸ ਕਰਾਂ। ਤੇ ਇਸੇ ਤਰ੍ਹਾਂ ਦਾਸ ਨੂੰ ਸਪੋਰਟ ਕਰਦੇ ਰਹੋ ਤੇ ਦਾਸ ਇਸੇ ਤਰ੍ਹਾਂ ਹੋਰ ਅੱਛਾ ਸਿੱਖਣ ਦੀ ਕੋਸ਼ਿਸ਼ ਕਰਦਾ ਰਹੇ ਤੇ ਆਪ ਜੀ ਦੇ ਸਨਮੁੱਖ ਰੱਖਾਂਗੇ ਆਪਾਂ। ਇਹ ਦੇਖੋ ਐਵੇਂ ਆ ਚਟਾਈ ਪੈਂਦੀ ਹੈ,
नाल ही आप जी सारी ब्लैसिंग दे रहे हो। इसी तरह मैं आप जी की सेवा करता रहा हूं। नैक्सट वीडियो मैं आप जी होर जानकारी दवांगा कि तबला कितों शुरू होंदा और केड़ी स्किन कैवें स्किन होंदी है, बनारस किवें लगती है, बॉम्बे किवें लगती है, कलकत्ते किवें लगती है। हुण आ देख लो आप कोलकाता स्टाइल हो रहा है। मेरे बहुत ही सीनियर गुणीजन लोग जिहड़े आ आप जी जानते सैमल दास मुक्ता दास सारे लोग इवें करते हैं। सब की ब्लैसिंग करके मैं मैच काम कर रहा तो मैं बहुत शुक्र गुजार हाँ। इस तरीका होंगी है आप जी देख रहे हो। यह मेरा भरा छोटा विक्की काफी टाइम तो मेरे काम कर रहा है नाल पारस ते अगे जाके फिर इवें ही है तैयार हो जाता है। अगे जाके फिर तबला इस तरह तैयार हो जाता है। यह एफ स्केल का तबला है चौथा चिट्टा। बिल्कुल सेम जाके एवं लुक आ जाती है। बिल्कुल है डगा उस्ताद तारी खास साहब स्टाइल सॉफ्ट माया बनन तो पहले सारा एवं एवं सिंपल सी आप जी देख रहे हो। इस तरीके है चटाई पाई जाती है। ते है मेरा ब्रदर बलविंदर सिंह पा रहे नाल। अपने सिखा दे विच बहुत घट दात सी थी तबला बनांदी ते गुरु महाराज ने भी दात सानू बख्शी है ते आपां इह चाहवांगे जिन्ने मेरे वीर है जिवें मैनूं आप जी ने प्यार दिता है इवें इहनां नूं भी प्यार दो, ब्लैसिंग दो, अपनी सपोर्ट दो कि होर अच्छा कर सकन। हुण आने वाली वीडियो से आप जी नूं शाही करना किवें शाही बनदी है, किहड़ा मटीरियल विच यूज हुंदा है, कि किवें किवें इहदा थड़ा रखदे है, किवें इहदा बैलेंस बनांदे है, थाप चार्ट किवें उहदे बनांदे है आप जी दे सामुख रखांगे सारे। और आप जी अगे रखे मैं पाया ए बाया अगर ए डिजाइन नहीं पावांगे तो बॉम्बे वाला बन जाएगा, बनारस वाला बन जाएगा, पुणे वाला बन जाएगा। अगर ए चटाई नहीं पावांगे, चटाई पावांगे तो कलकत्तिया बन जाएगा। इस पे बिल्कुल बॉम्बे स्टाइल है आप जी ए मैं एवं बनावांगा, ए चटाई नहीं पावांगा। पाजी बोलो तुसी भी कुछ किवें लग रहा तुहानू अज वीडियो दे विच हैगे बलविंदर भाजी साडे पिंक शर्ट पा के बैठे है ते क्या तबला है देखो तैयार किया है कलकत्ते स्टाइल तैयार किया है। रेड शीशम प्योर रेड शीशम हैगी है पर साउंड सुनो आप जी बिल्कुल गोल साउंड है। पौने छे इंच दे विच पहला काला
ਸਾਰੀ ਕੈਂਚੀ ਫੜਾਓ। ਇਸ ਤਰੀਕੇ ਨੂੰ ਕਟਿੰਗ ਕਰਦੇ ਆ ਕਿ ਖਲ ਨੂੰ ਕੱਟਿਆ ਜਾਂਦਾ ਤੇ ਐਵੇਂ ਕੱਟ ਕੇ ਇਹਦਾ ਮੂੰਹ ਬਣਾਇਆ ਜਾਂਦਾ। ਤੇ ਪਲੀਜ਼ ਮੇਰੇ ਸਾਰੇ ਵੀਰ, ਮੇਰੀ ਟੀਮ ਨੂੰ, ਚੋਟੀ ਤਬਲਾ ਮੇਕਰ ਟੀਮ ਨੂੰ ਬਲੈਸਿੰਗ ਦਿਓ ਔਰ ਆਪਣੇ ਸਿੱਖਾਂ ਦੇ ਵਿੱਚ ਵੀ ਇਹ ਕੰਮ ਆਏ। ਤੇ ਇਹ ਮੇਰੀ ਵੀਡੀਓ ਨੂੰ ਬਣਾਉਣ ਦਾ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਵਟਸਐਪ ਤੇ, ਜਿਹੜਾ ਵੀ ਆਪ ਐਪ ਯੂਜ ਕਰਦੇ ਹੋ, ਔਰ ਆਪਣੇ ਕਮੈਂਟ ਸਾਈ ਦਿਓ ਤੇ ਹੋਰ ਆਪਾਂ ਨੂੰ ਕੰਮ ਮਿਲੇ ਤੇ ਆਪਾਂ ਹੋਰ ਆਪ ਜੀ, ਕਿਉਂਕਿ ਬੱਚਿਆਂ ਨੂੰ ਕੰਮ ਮਿਲੇਗਾ ਤਾਂ ਆਪ ਜੀ ਜੁੜਾਂਗੇ ਤਾਂ ਸਾਡਾ ਹੋਰ ਮਨ ਹੋਰ ਅੱਛਾ ਹੋਏਗਾ ਕਿ ਆਪ ਜੀ ਦੇ ਸਾਨੂੰ ਹੋ ਰਹੀ ਹੈ। ਇੱਕ ਇਹ ਤਬਲਾ ਬਣਾਇਆ 5.5 ਇੰਚੀ, ਦੂਸਰਾ ਕਾਲਾ, ਹੈਂਡੀਕ੍ਰਾਫਟ ਤਬਲਾ ਮੇਰਾ, ਮੇਹਗਨੀ ਵੁੱਡ ਸਪੈਸ਼ਲ। ਨੈਕਸਟ ਵੀਡੀਓ ਚ ਆਪ ਜੀ ਨੂੰ ਦਿਖਾਵਾਂਗੇ ਬੱਤੀ ਕਿਵੇਂ ਪਾਈ ਜਾਂਦੀ ਹੈ। ਇਹ ਸਾਡੇ ਮੇਰਾ ਛੋਟਾ ਵੀਰ ਪਰਮਜੀਤ ਸਿੰਘ ਪਾਰਸ। ਪਾਰਸ ਭਾਜੀ ਕਿਵੇਂ ਲੱਗ ਰਿਹਾ? ਆਪ ਜੀ ਦੇਖ ਰਹੇ ਹੋ, ਨਾਲ ਮੇਰਾ ਛੋਟਾ ਵੀਰ ਵਿੱਕੀ ਸਿੰਘ। ਇਹ ਮੇਰੇ ਨਾਲ ਹੁਣੇ ਲਾਸਟ ਟੂਰ ਤੇ ਸਿੰਗਾਪੁਰ ਵੀ ਗਿਆ ਸੀ, ਮਲੇਸ਼ੀਆ, ਤੇ ਕਾਫੀ ਸਾਰਾ ਸਾਨੂੰ ਉੱਥੇ ਵੀ ਪਿਆਰ ਮਿਲਿਆ ਸੰਗਤਾਂ ਦਾ। ਇਹਨਾਂ ਨੂੰ ਅੱਜ ਵੀਡੀਓ ਦੇ ਵਿੱਚ ਲੈਣ ਦਾ ਮਕਸਦ ਹੈ ਕਿ ਆਉਣ ਵਾਲੀ ਕੁਛ ਵੀਡੀਓਜ਼ ਦੇ ਵਿੱਚ ਅੱਗੇ ਆਪ ਦੀ ਸੇਵਾ 'ਚ ਇਹ ਹਾਜ਼ਰ ਹੋਣ ਜਾਣਗੇ। ਉਹ ਕਈ ਵਾਰ ਮੈਂ ਬਿਜ਼ੀ ਹੁੰਦਾ ਵਾਂ ਕੰਮ ਦੇ ਵਿੱਚ ਜਾਂ ਕਿਧਰੇ ਗਿਆ ਵਾਂ, ਤੇ ਕੁਛ ਤਬਲੇ ਵਾਲੇ ਪਸੰਦ ਕਰਦੇ ਨੇ ਕਿ ਚੋਟੀ ਭਾਜੀ ਆਪ ਹੀ ਤਬਲਾ ਬਣਾ ਕੇ ਭੇਜੋ। ਇਕੱਲਾ ਕੋਈ ਵੀ ਕੰਮ ਨਹੀਂ ਹੁੰਦਾ, ਪੂਰੀ ਵੀ ਕੰਮ ਕਰਨ ਵਾਸਤੇ ਟੀਮ ਦੀ ਜ਼ਰੂਰਤ ਹੈ। ਤੇ ਮੇਰੀ ਸਾਰੀ ਟੀਮ ਹੈ, ਹੋਰ ਵੀ ਮੇਰੀ ਟੀਮ ਦੇ ਮੈਂਬਰ ਹੈਗੇ ਨੇ ਮੇਰੇ ਨਾਲ ਜੁੜੇ ਨੇ, ਵਿੱਚ ਮੇਰੇ ਸੀਨੀਅਰ ਵੀ ਨੇ, ਮੇਰੇ ਜੂਨੀਅਰ ਵੀ ਨੇ, ਮੈਂ ਆਪ ਜਿਹੜੇ ਸਾਨੂੰ ਉਹ ਵੀ ਰੱਖਾਂਗਾ। ਇਹਦੇ ਬਾਅਦ ਮੈਂ ਤਬਲੇ ਦੇ ਬਾਰੇ ਵੀ ਦੱਸਾਂਗਾ ਕਿ ਤਬਲਾ ਕਿੱਥੋਂ ਸ਼ੁਰੂ ਹੁੰਦਾ ਹੈ, ਦਾਏ ਦੇ ਬਾਰੇ, ਔਰ ਇਹ ਬਾਇਆ ਤਬਲੇ ਦੇ ਵਿੱਚ ਜਵਾਰੀ ਕਿਵੇਂ ਹੁੰਦੇ, ਤਬਲਾ ਬਣ ਕੇ ਪਿੱਲੇ ਕਿਵੇਂ ਆਉਂਦਾ, ਲੱਕੜ ਤੇ ਲੱਕੜ ਦੀ ਆਪਾਂ ਕਿਵੇਂ ਉਹਨੇ ਬਣਾਵਟ ਦਿੰਦੇ ਹਾਂ। ਪਹਿਲੀ ਮੇਰੀ ਆਪਣੇ ਪਾਰਟਸ ਵੀਡੀਓ ਵੇਖੇ ਹੋਣਗੇ, ਪੋਲਿਸ਼ ਕਿਵੇਂ ਹੁੰਦੀ ਹੈ, ਕਾਫੀ ਹੱਦ ਤੱਕ ਛੱਡੀ ਹੁਣ ਡਿਜ਼ਾਇਨ ਅੱਧੇ ਤੋਂ ਜ਼ਿਆਦਾ ਹੋ ਚੁੱਕੀ ਹੈ ਚਟਾਈ। ਆਪ ਜੀ ਦੇਖੋ ਬਿਲਕੁਲ ਕਲਕੱਤੀਆ ਬਣ ਗਿਆ, ਕਲਕੱਤੇ ਸ਼ਹਿਰ ਵਾਲਾ ਇਹ ਪਾਰਟੀ ਕਰ ਰਹੇ ਨੇ ਨਾਲ। ਨਾਲ ਸਾਡਾ ਟੀ ਟਾਈਮ ਵੀ ਹੋ ਗਿਆ, ਚਾਹ ਜਿੰਨਾ ਦਿਲ ਕਰ ਰਿਹਾ ਸੀ ਚਾਹ ਪੀ ਰਿਹਾ। ਤੁਸੀਂ ਨੀ ਚਾਹ ਪੀਓਗੇ? ਬੜਾ ਮਿੱਠਾ ਪਾਇਆ ਸੀਗਾ ਬਸ। ਪਲੀਜ਼ ਮੇਰੇ ਵੀਰ ਜੋ ਵੀ ਆ ਵੀਡੀਓ ਦੇਖਣ, ਮੇਰੀ ਵੀਡੀਓ ਸ਼ੇਅਰ ਕਰੋ ਤੇ ਆਪਣੀ ਬਲੈਸਿੰਗ ਦਿਓ, ਕਮੈਂਟਸ ਦਿਓ ਕਿ ਸਾਨੂੰ ਹੋਰ ਅੱਛਾ ਲੱਗੇ, ਔਰ ਆਪਣੇ ਸਿੱਖ ਪੰਥ ਦੀ, ਆਪਣੇ ਮਿਊਜ਼ਿਕ ਲਵਰ ਦੀ, ਆਪਣੇ ਜੋ ਗੁਣੀ ਜਨਾ ਦੀ ਤਬਲਾ ਨੂੰ ਪਿਆਰ ਕਰਨ ਵਾਲੇ, ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਵੀ ਹੋਰ ਸੇਵਾ ਕਰ ਸਕੀਏ। ਤੇ ਹੋਰ ਵੀਡੀਓ ਮੈਂ ਆਪ ਜਿਹੜੇ ਸਨਮੁੱਖ ਰੱਖਾਂਗਾ ਕਿ ਢੋਲਕ ਕਿਵੇਂ ਬਣਾਈ ਜਾਂਦੀ ਹੈ, ਢੋਲਕ ਦਾ ਬਣਾਉਣਾ, ਦਸ ਢੋਲਕ ਵੀ ਬਣਾ ਲੈਂਦਾ, ਢੋਲਕ ਕਿਵੇਂ ਬਣਾਇਆ ਜਾਂਦਾ ਹੈ, ਆਪ ਜੀ ਦੇ ਸਨਮੁੱਖ ਸਾਰੀਆਂ ਚੀਜ਼ਾਂ ਰੱਖਾਂਗੇ। ਬਲੈਸਿੰਗ ਦਿਓ, ਇਸੇ ਤਰ੍ਹਾਂ ਪੰਥ ਨੂੰ ਆਪਣੇ ਅੱਗੇ ਲਿਆਈਏ, ਪੰਥ ਦੇ ਵਿੱਚ ਵੀ ਇਹ ਕੰਮ ਲਿਆਈਏ। ਸਾਡੇ ਪੰਥ ਦੇ ਬੜੇ ਬੜੇ ਉਸਤਾਦ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ, ਬੜੇ ਸਾਰੇ ਨਾਮ ਨੇ, ਮੈਂ ਨਾਮ ਨਹੀਂ ਲੈ ਸਕਦਾ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਮੇਰੇ ਗੁਰੂ ਜੀ ਉਸਤਾਦ ਦੇਵਿੰਦਰ ਸਿੰਘ ਜੀ, ਫਿਰ ਜਿਨ੍ਹਾਂ ਤੋਂ ਮੈਂ ਕੰਮ ਸਿੱਖਿਆ ਮੇਰੇ ਗੁਰੂ, ਉਹਨਾਂ ਦਾ ਮੇਰੇ ਉਸਤਾਦ ਦਾ, ਉਹਨਾਂ ਦਾ 4 ਪੁਸਤਕ ਹੋ ਗਿਆ ਕੰਮ ਕਰਦੇ ਹੋਣਾ, ਮਥੁਰਾ ਤੋਂ ਮੇਰੇ ਗੁਰੂ ਜੀ, ਮੇਰੇ ਜੋ ਪੜਦਾਦਾ ਗੁਰੂ ਜੀ ਸਨ ਨੰਨੇ ਖਾਨ ਸਾਹਿਬ, ਔਰ ਮੇਰੇ ਜੋ ਦਾਦਾ ਗੁਰੂ ਜੀ ਬੰਨੇ ਖਾਨ ਸਾਹਿਬ ਥੱਲੇ ਮੇਰੇ, ਉਹਨਾਂ ਤੋਂ ਬਾਅਦ ਮੇਰੇ ਉਸਤਾਦ ਜੀ ਜਿਹਨਾਂ ਤੋਂ ਮੈਂ ਕੰਮ ਸਿੱਖਿਆ, ਇਫਤਿਖਾਰ ਖਾਨ ਟੀ ਟੂ ਉਸਤਾਦ ਜੀ, ਪਰਵੇਸ਼ ਖਾਨ ਸਾਹਿਬ ਜੀ, ਤਾਰਾ ਖਾਨ ਸਾਹਿਬ ਜੀ, ਉਹਨਾਂ ਦੇ ਘਰ ਮੈਂ ਰਹਿ ਕੇ ਕੰਮ ਸਿੱਖਿਆ ਵਾਂ ਕਾਫੀ ਸੀ, ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ।
आज जो भी काम कर रहे उन्होंने वास्ते आप जी अच्छा लगे ते मेरे गुरु जी वास्ते ब्लैसिंग, मेरे माता पिता जी वास्ते ब्लैसिंग। और कुछ मैं गलत बोल जाए या कुछ गलती कर जा और जो भी आपने पनिशमेंट देनी है तो दास नूं दो, ब्लैसिंग भी दो कि होर अच्छा सीखी ते इन्हां वास्ते भी अरदास करो कि इसी तरह मैं साढ़े नाल होर पंथ दे साडे सिख बच्चे काम सीखन ते अगे वधन। और मेरे जो रिंग्स चल रहे सन आप जी सू पता, मेरे जो फाइबर रिंग्स मेरे भावों ने बहुत प्यार दिता ते मेरे भावों के कॉम्पलीमेंट कमेंट आ रही थी भाजी ए थोड़े भारी है ते एनू थोड़ा जा तुसी होर अच्छा करके बनाओ। ते मैं हुण आप जी एक चीज होर दिखावांगा कि ए मेरे फाइबर रिंग्स ने मार्केट विच हुण काफी लोग एनू फॉलो कर रहे ने। चलो सब कर सकते हैं, सब का अपना अपना रिजल्ट है। ए मैं बनाए ने हुण वेटलैस है, बिल्कुल वेटलैस आप जी आके देख सकते हो। वेटलैस रिंग रॉयल ब्लू कलर और ए मेरे को काफी सारे कलर ने, रेड ब्लैक मैरून ऑरेंज नाल मेरी फाइबर रिंग्स हारमोनियम शीट्स कवर सेम। आप जी ने सब ने प्यार दिता इस करके मेरा दिल करता कि मैं और अच्छा करा और अच्छा सीखा, क्योंकि आप वैसे ही सीख हाँ तो सीख का मतलब ही है सीखना, इस तमाम जिंदगी आप सीखता रहना तो संपूर्ण तो कभी नहीं होना, संपूर्ण सिर्फ गुरु महाराज जी, बाकी देने वाला दाता परमात्मा है। दाते हथ वधाइया जिस भावे तिस दे, परमात्मा ने जिन्हों जिन्हों देना है वह करके देना है। अज काम सीख रहे हैं ते मेरे भरा मेरे नाल काम कर रहे हैं, तो इन्हों भी ब्लैसिंग दो ते होर अच्छा करन। मैनू बड़ी खुशी है ये मेरे भरा मेरा साथ दे रहे ने, अपने हुनर नू मेरे हुनर नू होर अगे लैके आना चाहते ने मेरे नाल, ते मेरी होर हिम्मत वध रही है। आप लोग आप जी ने तो सब ने मेरी हिम्मत वधाई हुई है कि मैनू काम देंदे हो, सपोर्ट करदे हो, ब्लैसिंग देंदे हो, ते मेरा हुण होर अच्छा दिल कर रहा है कि मैं होर अच्छा अज जो भी काम कर रहा आप जी सब कृपा अनुसार ही ने। मैं हम फेसबुक दे अपना एक ग्रुप बनावांगा जिदे विच सिंह तबला मेकर ग्रुप बनेगा जिदे विच मेरे सारे सिख भरा होंगे, और एक दो मेरे सिख भरा छुट्टी ते ने मेरे नाल काम करदे ने, ते मैं उन्हां नूं भी नैक्सट वीडियो आप जी सन्मुख रखांगा। ते मेरी दुकान ते तारी दुआ नाल सारे तरीके का काम होंदा, बॉम्बे पुणे स्टाइल सब। किसी भैन भरा किसी तबला लवर्स गुनीजन अच्छा तबला प्रोफेशनल की लोड़ हो, बनारस स्टाइल, बॉम्बे स्टाइल, पुणे स्टाइल, कोलकाता स्टाइल, तो आप जी मैनू कॉन्टैक्ट कर सकते हो। मेरा नंबर गूगल से, यूट्यूब से, फेसबुक से, इंस्टाग्राम से भी आप जी मिल जाएगा, और मैं आप जी के अगे अपना नंबर भी रखना चाहवागा 9871307271 9871307271 दास चौंकी तबला मेकर ने दिल्ली।
आप भी देख रहे हो काफी हद तक चटाई पैस की है। नेक्स्ट वीडियो आप दिखावांगे ऐसे थले की होंगे कि वे कटिंग होके फिर बद्दी पैंदी है कि भी लगता है बिच सब कुछ जो है पूरी चटाई पै जाती है ऐ होंगे पीस ऐ लुक आती है तो फिर लुक ऐ उपर जो टम्परेली होंगे आप गजरा बनाने वास्ते रस्सी पाते हैं फिर टाइट करने फिर गजरा बनाया जाता है। नेक्स्ट वीडियो आप जी भी दसागे कि गजरा पहन तो पहले खल किमें जोड़ लगाते हैं खल के पार्ट्स यूज होंगी है यह अज तक किसी भी तबला मेकर्स ने दसिया नहीं दसिया मैनू नहीं पता बट मेरा दिल करता है कि मैं जिन्ना आप जी प्यार कर रहे हो जिनी मैनू ब्लैसिंग दे रहे हो सपोर्ट कर रहे हो मैं आप जी के सन्मुख खोल रखा और आप जी जागरूकता करा कि हैंडमेड तबला किवें तैयार होंगे साउंड ब्लैक एम्ब्रॉयडरी पाया ये भी देखो बिल्कुल कोलकाता शहर बनया हुआ है काफी हद तक यह चटाई संपूर्ण हो गई है आप जी ने आज सामने रखा कि चटाई किवें बदी जाती है ते नेक्स्ट वीडियो दे विच आप जी दे अगे रखांगे कि बद्दी किवें पैंदी है फिर शाही किवें होंदी है ते हुण अपनी असीस बख्शो वाहेगुरु जी का खालसा वाहेगुरु जी की फतेह। हुण काफी हद तक आप जी देख रहे हो चटाई हो गई है मेरा भरा पारस भी इस टाइम पहुंच गया उसकी हद तक पारस भाजी कुछ गल करो संगतां नाल असीसां नूं संगतां दीआं किवें लग रहा तुहानूं तुहानूं इह काम अच्छा लगता है किवें लगता है सारे वड्डे गुरी जनां दी तुहानूं सुणा सब तो वड्डा जरिया है रब नाल जुड़न दा संगीत सब तो वड्डा जरिया है रब नाल जुड़न दा संगीत ते आपां बड़े शुक्र गुजार हां गुरु महाराज दा ते मैं सब तो पहले मैं शुक्र गुजार हां गुरु घर दी कीर्तनियां दा ਜਿਹੜੇ ਬਾਣੀ ਗਾ ਕੇ ਦੁਨੀਆਂ ਨੂੰ ਤਾਰਦੇ ਨੇ ਤੇ ਦਾਸ ਸੇ ਤਬਲੇ ਦੀ ਉੱਥੇ ਉਹ ਉਹਨਾਂ ਦੇ ਨਾਲ ਕਰਕੇ ਹਾਜ਼ਰੀ ਲੱਗ ਜਾਂਦੀ ਹੈ ਸੇਵਾ ਲੱਗ ਜਾਂਦੀ ਹੈ ਔਰ ਉੱਥੇ ਸਭ ਕੁਝ ਮਿਲ ਰਿਹਾ ਗੁਰੂ ਘਰ ਤੋਂ ਤੇ ਦੇਸਾਂ ਪਰਦੇਸਾਂ ਤੋਂ ਬੜੇ ਸਾਰੇ ਗੁਰੂ ਘਰ ਤੇ ਕੀਰਤਨੀ ਨੇ ਦਾਸ ਸਪੋਰਟ ਕਰ ਰਹੇ ਨੇ। ਲਾਸਟ ਵੀਡੀਓ 'ਚ ਆਪ ਜੀ ਦੇਖਿਆ ਸੀ ਭਾਈ ਅਨੰਤਵੀਰ ਸਿੰਘ ਜੀ ਆਏ ਸਨ USA ਵਾਲੇ ਬਹੁਤ ਹੀ ਗੁਣੀ ਜਨ ਸਾਡੇ ਹੋਰ ਵੀ ਮੇਰੇ ਵੀਰਾਂ ਦੇ ਆਰਡਰ ਚੱਲ ਰਹੇ ਨੇ ਤੇ ਉਹਨਾਂ ਨੇ ਵੀ ਆਉਣਾ ਤੇ ਆਪ ਜਿਹੜੇ ਸਨਮੁਖ ਸਾਰੀ ਵੀਡੀਓ 'ਚ ਰੱਖਾਂਗੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਦੇਸਾਂ ਪ੍ਰਦੇਸਾਂ ਤੋਂ ਗੁਰੂ ਘਰ ਦੇ ਆਰਟਿਸਟ ਤਬਲਾ ਲਵਰ ਮੈਨੂੰ ਸਪੋਰਟ ਕਰ ਰਹੇ ਤੇ ਮੇਰਾ ਹੋਰ ਦਿਲ ਕਰਦਾ ਕਿ ਮੈਂ ਹੋਰ ਅੱਛਾ ਸਿੱਖਾਂ ਔਰ ਆਪ ਜੀ ਦੇ ਅੱਗੇ ਹੋਰ ਅੱਛਾ ਤਬਲਾ ਬਣਾਉਣਾ ਕਿਉਂਕਿ ਬਣਾਉਣਾ ਬਜਾਉਣਾ ਜਾਂ ਕੋਈ ਵੀ ਕੰਮ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ ਸੰਪੂਰਨ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਤੋਂ ਸਭ ਕੁਛ ਮਿਲ ਰਿਹਾ ਹੈ।
ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਚਰਨਾਂ ਦੇ ਸਾਡੇ ਤਬਲੇ ਜਾਂਦੇ ਨੇ ਤੇ ਉੱਥੇ ਹਾਜ਼ਰੀ ਭਰਦੇ ਨੇ ਉਹਨਾਂ ਨਾਲ ਗੁਰੂ ਘਰ ਦੀ ਕਿਰਤੀਆਂ ਨਾਲ ਸਾਡੇ। ਇਹ ਦੇਖੋ ਚਟਾਈ ਪੂਰੀ ਹੋ ਚੁੱਕੀ ਹੈ। ਇਸ ਤਰ੍ਹਾਂ ਆਪਾਂ ਸਾਰੇ ਮਿਹਨਤ ਕਰਦੇ ਹਾਂ ਤੇ ਆਪ ਜੀ ਨੇ ਵੇਖਿਆ ਕਿੰਨਾ ਟਾਈਮ ਲੱਗਦਾ, ਕਿਵੇਂ ਡਿਜ਼ਾਇਨ ਲੱਗਦਾ ਤੇ ਸਾਰੇ ਅਸੀਂ ਬਖਸ਼ੋ ਕਿ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀਏ। ਤੇ ਦਾਸ ਦੀ ਦੁਕਾਨ ਤੇ ਹੈਂਡਮੇਡ ਤਬਲੇ ਬਣਦੇ ਹੈ, ਛੋਟੀ ਤਬਲਾ ਮੇਕਰ, ਕੋਲਕਾਤਾ ਸਟਾਈਲ, ਬਨਾਰਸ ਸਟਾਈਲ, ਬੰਬੇ ਸਟਾਈਲ, ਪੂਨੇ ਸਟਾਈਲ, ਕੋਈ ਵੀ ਸਟਾਈਲ ਆਪ ਜੀ ਬਣਵਾ ਸਕਦੇ ਹੋ। ਸੰਪਰਕ ਕਰਕੇ ਤੇ ਮੇਰਾ ਮੋਬਾਈਲ ਨੰਬਰ ਹੈ 9871307271, ਨਿਊ ਦਿੱਲੀ ਵਿਸ਼ਨੂੰ ਗਾਰਡਨ, ਛੋਟੀ ਤਬਲਾ ਮੇਕਰ ਸ਼ੋਪ, ਨਿਊ ਦਿੱਲੀ ਵਿਸ਼ਨੂੰ ਗਾਰਡਨ, ਨੀਅਰ ਅਬਾਊਟ ਬਾਬਾ ਬਾਲਕ ਨਾਥ ਮੰਦਿਰ। ਤੇ ਇਹ ਹੁਣ ਮੇਰੇ ਵੀਰ ਪਾਰਸ ਨੇ ਪਹਿਲੇ ਕਰ ਲਈ ਹੈ ਤੇ ਆਪ ਜੀ ਦੇਖ ਰਹੇ ਹੋ ਇਹ ਬਿਲਕੁਲ ਰੇਡੀ ਹੋ ਚੁੱਕਿਆ ਹੈ, ਬਿਲਕੁਲ ਓਕੇ ਹੈ ਪੀਸ। ਹੁਣ ਆਪਾਂ ਨੈਕਸਟ ਵੀਡੀਓ ਚ ਆਪ ਜੀ ਦੇ ਸਾਹਮਣੇ ਰੱਖਾਂਗੇ ਇਹਨੂੰ ਬੱਦੀ ਕਿਵੇਂ ਪੈਂਦੀ ਹੈ, ਨਾਲ ਮੇਰੇ ਇਹ ਵੀਰ ਹੋਣਗੇ ਆਪ ਜੀ ਨੂੰ ਬੱਦੀ ਪਾਉਣਾ ਦੱਸਣਗੇ ਕਿ ਬੱਦੀ ਕਿਸ ਤਰੀਕੇ ਪੈਂਦੀ ਹੈ ਔਰ ਬੱਦੀ ਨੂੰ ਕਿੰਨਾ ਨਾ ਪੈ ਜਾਂਦਾ ਔਰ ਬੱਦੀ ਵਿੱਚੋਂ ਕਿੰਨੀ ਬੱਦੀ ਨਿਕਲਦੇ ਆ ਮੈਂ ਆਪ ਜੀ ਨੂੰ ਉਹ ਵੀ ਦੱਸਾਂਗਾ। ਤੇ ਸਾਰੇ ਪਲੀਜ਼ ਅਸੀਸ ਬਖਸ਼ੋ। ਇਹ ਮੇਰੇ ਭਾਅ ਜੀ ਉਹਨਾਂ ਨੇ ਇਹ ਵੀ ਰੈਡੀ ਕਰ ਦਿੱਤਾ ਹੈ ਤੇ ਮੈਂ ਆਪ ਜੀ ਨਾਲ ਫਤਿਹ ਜੀ ਸਾਂਝ ਕਰਾਂਗਾ। ਤੇ ਮੇਰਾ ਯੂਟਿਊਬ ਚੈਨਲ ਛੋਟੀ ਤਬਲਾ ਮੇਕਰ ਸਬਸਕ੍ਰਾਈਬ ਕਰੋ, ਬੈਲ ਆਈਕੋਨ ਬਜਾਓ ਔਰ ਮੇਰੀ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਔਰ ਮੈਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਕਿ ਮੈਂ ਇਸੇ ਤਰ੍ਹਾਂ ਆਪ ਜੀ ਦੀ ਸੇਵਾ ਕਰਦਾ ਰਹਾਂ ਤੇ ਮੇਰਾ ਦਿਲ ਹੋਰ ਆਪ ਜੀ ਦੀ ਸੇਵਾ ਵਿੱਚ ਜੁੜੇ ਤੇ ਬਾਕੀ ਭੁੱਲਾਂ ਕਿਵਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।